ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਕਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨਾ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਭਲ ਉਨਹਿ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਸੋ ਕਹੋ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸੱਚਾ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇ ਸਾਹੋ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਏਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਾਂ ਦੇ ਯੋਗ ਛਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਆਪ ਜੀ ਸਮੂਹ ਸੰਗਤਾਂ ਸੁਭ ਪਰਿਵਾਰ ਸਤਿਗੁਰੂ ਸਾਹਿਬ ਜੀਆਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਭਜੰਗੀ ਸਿੰਘ ਦਾ ਜਨਮ ਅਤੇ ਪੈਦਾ ਹੋਣ 'ਤੇ ਸ਼ੁਕਰਾਨਾ ਅਦਾ ਕਰਦਿਆਂ ਹੋਇਆਂ ਕਾਰਨ ਕਰਤਾ ਜੋ ਕਰੈ ਸਿਰ ਧਰਕ ਅੰਤ ਕਰੈ ਸ਼ੁਕਰਾਨਾ ਸ਼ੁਕਰਾਨਾ ਅਦਾ ਕੀਤਾ ਹੈ ਅਰਦਾਸਾਂ ਹੋਈਆਂ ਆਪ ਜੀਆਂ ਨੇ ਲਾਗੀ ਸਿਰਾਗੀ ਸਿੰਘਾਂ ਪਾਸੋਂ ਕੀਰਤਨ ਸਰਵਣ ਕਰਨਾ ਕੀਤਾ ਗੁਰਮੁਖ ਪਿਆਰੇ ਮੇਰੇ ਤੋਂ ਪਹਿਲਾਂ ਊੜੇ ਅਤੇ ਜੂੜੇ ਦੀ ਗੱਲ ਕਰ ਰਹੇ ਸਨ ਕਿ ਸਾਧ ਸੰਗਤ ਜੀ ਆਪਾਂ ਨੂੰ ਆਪਣੇ ਬੱਚਿਆਂ ਨੂੰ ਗੁਰਮੁਖੀ ਲਿਪੀ ਜ਼ਰੂਰ ਸਿਖਾਉਣੀ ਚਾਹੀਦੀ ਹੈ ਗੁਰਮੁਖੀ ਲਿਪੀ ਤੋਂ ਬਿਨਾਂ ਕੋਈ ਵੀ ਗੁਰਮੁਖ ਪਿਆਰਾ ਗੁਰੂ ਕੀ ਬਾਣੀ ਪੜ੍ਹਨੀ ਔਰ ਗੁਰੂ ਕੀ ਬਾਣੀ ਦੀ ਵਿਚਾਰ ਕਰਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਹਿਜ ਪਾਠ ਕਰਨਾ ਉਹਦੇ ਵਾਸਤੇ ਆਸਾਨ ਹੋ ਜਾਵੇਗਾ ਸੌਖਾ ਹੋ ਜਾਵੇਗਾ ਜੇ ਗੁਰਮੁਖੀ ਲਿਪੀ ਪੜ੍ਹ ਲਵੇਗਾ ਕਿਉਂਕਿ ਇਹ ਦਾਤ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਸਾਨੂੰ ਪ੍ਰਾਪਤ ਹੋਈ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੂਸਰੇ ਪਾਤਸ਼ਾਹ ਜਿੱਥੇ ਗੁਰਦੁਆਰਾ ਮਾਲਾ ਅਖਾੜਾ ਸਾਹਿਬ ਹੈ ਖਡੂਰ ਸਾਹਿਬ ਉੱਥੇ ਸਤਿਗੁਰੂ ਸਾਹਿਬ ਜੀਆਂ ਨੇ ਕਿਰਪਾ ਕੀਤੀ ਛੋਟੇ ਛੋਟੇ ਬੱਚਿਆਂ ਨੂੰ ਗੁਰਮੁਖੀ ਲਿਪੀ ਪੁਰਾਣੀਆਂ ਪੱਟੀਆਂ ਹੋਈਆਂ ਕਰਦੇ ਉੱਪਰ ਗਾਜਨੀ ਮਲ ਦੇਣੀ ਅਤੇ ਪੂਰਨੇ ਪਾ ਦੇਣੇ ਉਹਦੇ ਉੱਪਰ ਬੱਚਿਆਂ ਨੇ ਫਿਰ ਸ਼ਾਹੀ ਦੇ ਨਾਲ ਕਲਮ ਦੇ ਨਾਲ ਬੜੇ ਉਹ ਕਠਿਨ ਜ਼ਮਾਨੇ ਸਨ ਕਾਨੇ ਦੀਆਂ ਕਲਮਾਂ ਘੜਨੀਆਂ ਸ਼ਾਹੀ ਦੇ ਟੋਭੇ ਲਾਉਣੇ ਫਿਰ ਅੱਗੇ ਲਿਖਾਈ ਹੋਣੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਛੋਟੇ ਛੋਟੇ ਬੱਚਿਆਂ ਨੂੰ ਗੁਰਮੁਖੀ ਲਿਪੀ ਪੜ੍ਹਾਇਆ ਕਰਦੇ ਗੁਰਮੁਖੀ ਸਿਖਾਇਆ ਕਰਦੇ ਜਿਹਨੂੰ ਆਪਾਂ ਊੜਾ ਏੜਾ ਕਹਿੰਦੇ ਹਾਂ ਇਸ ਦੇ ਨਾਲ ਨਾਲ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਛੋਟੇ ਛੋਟੇ ਬੱਚਿਆਂ ਦੀਆਂ ਕੁਸ਼ਤੀਆਂ ਕਰਾਉਣੀਆਂ ਜਿੱਥੇ ਅੱਜ ਗੁਰਦੁਆਰਾ ਮਾਲਾ ਅਖਾੜਾ ਸਾਹਿਬ ਬਣਿਆ ਹੋਇਆ ਹੈ ਉੱਥੇ ਮਹਾਂਪੁਰਖਾਂ ਦੀ ਸੇਵਾ ਹੈ ਤਰਨਾ ਦਲ ਬਾਬਾ ਬਕਾਲਾ ਸਾਹਿਬ ਬਾਬਾ ਗੱਜਣ ਸਿੰਘ ਜੀ ਉਹਨਾਂ ਤੋਂ ਪਹਿਲਾਂ ਸਨ ਬਾਬਾ ਮੱਖਣ ਸਿੰਘ ਜੀ ਬਾਬਾ ਕੀਰਤਨ ਸਿੰਘ ਜੀ ਬਾਬਾ ਬਿਸ਼ਨ ਸਿੰਘ ਜੀ ਉਹਨਾਂ ਨੇ ਕਾਰ ਸੇਵਾ ਕਰਾਈ ਹੈ ਅਤੇ ਕਾਰ ਸੇਵਾ ਉਹਨਾਂ ਦੀ ਚੱਲ ਰਹੀ ਹੈ ਸੇਵਾ ਚੱਲ ਰਹੀ ਹੈ ਉੱਥੇ ਅਖਾੜਾ ਬਣਾਇਆ ਹੋਇਆ ਹੈ ਬਹੁਤ ਸੁੰਦਰ ਅਖਾੜਾ ਉਸਦੇ ਉੱਪਰ ਲੈਂਟਰ ਪਾ ਕੇ ਗੁੰਬਦ ਲਾਇਆ ਹੋਇਆ ਹੈ ਥਾਂ ਥੱਲੇ ਕੱਚਾ ਰੱਖਿਆ ਹੋਇਆ ਹੈ ਉੱਥੇ ਨੌਜਵਾਨ ਕੁਸ਼ਤੀਆਂ ਕਰਦੇ ਨੇ ਔਰ ਜਾ ਸਿੱਖਦੇ ਨੇ ਇਹ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਕਿਰਪਾ ਹੋਈ
छोटे छोटे बच्चे दियां कुश्तियां करवाउणियां पाव जोर करवाउणा अते गुरमुख की लिपि पढ़ाउणी। ये बेनती जो गुरमुख प्यारे कर रहे सन ये सच है। असीं इत्थे भुल्ली जांदे हां, ऊड़ा ते जूड़ा कदे भुलना नहीं चाहीदा, ऊड़ा जूड़ा कदे विसारना नहीं चाहीदा। जे ऊड़ा ते जूड़ा साडे पास होवेगा ते साडा असीं किते भी चले जावांगे साडा मान सम्मान होवेगा। रहो विचार अज भोगां तों उपरंत अरदास तों उपरंत जो हुक्मनामे आए ने धनासरी राग अंदर पंचम पातशाह साहिब श्री गुरु अर्जन देव महाराज जी जिन्हां बारे पाठ लिखते ने तरन गगन रव खंड मह जोत स्वरूपी रहे उपहर पन मथुरा कछ भेद नहीं गुर अर्जन प्रताक हर प्रताक हरी दा रूप धन गुरु अर्जन साहिब सच्चे पातशाह महाराज जी कृपा करके घर बारवां बारवें घर सुरताल दे विच कृपा करके बख्शिश कर रहे हन। एक ओंकार एक अद्वैत रूप ब्रह्म है जो एक है उसके बराबर कोई होर नहीं है। ओंकार सब का प्रकाशमान है सब नूं प्रकाश देण वाला है सब सृष्टि उहदे आकार विच है। सतगुर प्रसाद जो सतगुरों की कृपा द्वारा प्राप्त होंदा है किसी ढंग तरीके दे नाल नहीं। कंचन स्यों पाई है नहीं तोल मन दे राम लिया है मोल। इत्थे सतगुरु महाराज जी सब तो पहलों धन गुरु अर्जन साहब महाराज जी उस अकाल पुरख वाहगुरु सब सृष्टि की पालना करने वाला सब सृष्टि रोजी रोटी देने वाला जो वाहगुरु है उसके अगे वंदना करते हैं। वंदना हर वंदना वंदना पार नमस्कार करते हैं। डंडौत वंदना अनक बार नमस्कार जो बार है डंडौत वंदना करते सतगुरु महाराज जी उस वाहगुरु परमात्मा अगे गुण गावो गोपाल राय। हे भाई प्यारे उस परमात्मा के गुणा नूं गैण करो। गोपाल सब सृष्टि की पालना करने वाला जो वाहगुरु है उसकी पालना सब सृष्टि जिसकी पालना हो रही है परमात्मा पालना कर रहा है उसके गुणा नूं गैण करना करो। उसके गुण की हैं गुरु की बाणी पढ़नी गुरु की बाणी सुननी उसके गुण हैं। वाहगुरु मंत्र का जाप करना मूल मंत्र का जाप करना उसके गुण गए हैं क्योंकि वाहे गुरु परमात्मा अचरज है उसके गुणा नूं गैण करना। सच्चे पातशाह कहिंदे है सब तो पहले परमात्मा नूं वंदना करनी। धन गुरु अर्जन साहिब महाराज जी ने सुखमनी साहिब की बाणी उचारी है सब तो पहलों आदि गुरे नम है आदि गुरे नम है। धन गुरु नानक साहब महाराज जी नमस्कार की है जुगाद गुरे नम है दूसरे पातशाह जी नमस्कार की है सत गुर ए नम है तीसरे पातशाह नमस्कार की है। आदि गुरे नम है जुगाद नम है सत गुरे नम है श्री गुरदेव नम है चौथे पातशाह धन गुरु रामदास महाराज नमस्कार करके फिर अगे सुखमनी साहब जी की बाणी उचार रहे हैं। इत्थे सतगुरु महाराज जी सब तो पहलों उस वाहिगुरु नूं वंदना करके वंदना हर वंदना सब जीवन हरिया भरिया करने वाला जो वाहिगुरु है उस नूं नमस्कार है वार वार नमस्कार है। गुण गावह गोपाल रहे भाई सब सृष्टि की रचनहार है पालना करने वाला वाहिगुरु है उहदे गुणां नूं गैण करना है। उहदे गुण की हन दास अगे बोलदा है सब संगतां पिछे बोलियो सुरती बिरती कागर करके मन सुरतियां कागर करके हाजरी लवाओ तो बोलन की कृपालता करो। सत नाम वाहे गुरु सत नाम वाहे गुरु नाम वाहे गुरु सत नाम वाहे गुरु सत नाम वाहे गुरु जी सत नाम वाहे गुरु सत नाम वाहे गुरु सत नाम वाहे गुरु सत नाम वाहे गुरु नाम वाहे गुरु सत नाम वाहे गुरु सत नाम वाहे गुरु सत नाम वाहे गुरु नाम वाहे गुरु सत नाम वाहे गुरु। सतसंगत जी ओ एक अकाल पुरख वाहगुरु जो सब जीवन नूं हरिया भरिया करन वाला रोजी रोटी देने वाला पालना करने वाला सबना जीआं का इक दाता सो मैं विसर ना जाई सब जीवन नूं दाता देने वाला एक अकाल पुरख वाहगुरु है जिहदी कृपा दे नाल सब सृष्टि दी सतसंगत जी सृष्टि दे विच 84 लख जून सब दी पालना हो रही है।
ਸਿਰ ਸਿਰ ਰਿਜਕ ਸੰਭਾਹੇ ਠਾਕਰ ਕਾਹੇ ਮਨ ਭਉ ਕਰਿਆ। ਸੱਚੇ ਪਾਤਸ਼ਾਹ ਕਹਿੰਦੇ ਸਭ ਸ੍ਰਿਸ਼ਟੀ ਦੀ ਪਾਲਣਾ ਹੋ ਰਹੀ ਹੈ। ਸੈਲ ਪੱਥਰ ਮੈਂ ਜਨ ਤੇ ਉਪਾਏ ਤਾਂ ਰਿਜਕ ਆਗੇ ਕਰ ਧਰਿਆ। ਪੱਥਰਾਂ ਵਿੱਚ ਵੀ ਰੋਜੀ ਰੋਟੀ ਦੇ ਰਿਹਾ ਐਸਾ ਅਕਾਲ ਪੁਰਖ ਵਾਹਿਗੁਰੂ ਹੈ। ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ। ਬਸਰਾਮ ਦੇ ਕੇ ਕਹਿ ਰਹੇ ਹਨ ਵੱਡਾ ਭਾਗ ਪੇਟੇ ਗੁਰਦੇਵਾ। ਵੱਡੇ ਭਾਗਾਂ ਦੇ ਨਿਸ਼ਾਨੇ ਹੋਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਮਿਲਾਪ ਹੋਇਆ। ਮਿਲਾਪ ਦੀ ਨਿਸ਼ਾਨੀ ਕੀ ਹੈ? ਪੰਜਾਂ ਪਿਆਰਾਂ ਦੇ ਰਾਹੀਂ ਖੰਡੇ ਪਾਠ ਦੀ ਪੌਲ ਪ੍ਰਾਪਤ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਜ਼ੂਰੀ ਵਿੱਚ ਜੋ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਦੀ ਦਾਤ ਦਿੰਦੇ ਹੈ ਤਾਂ ਮਿਲਾਪ ਦੀ ਨਿਸ਼ਾਨੀ ਹੈ। ਮਿਲਾਪ ਹੁੰਦਾ ਹੈ, ਵੱਡਿਆਂ ਭਾਗਾਂ ਨਾਲ ਮਿਲਾਪ ਹੁੰਦਾ। ਵੱਡੇ ਭਾਗ ਭੇਟੇ ਗੁਰਦੇਵਾ, ਵੱਡੇ ਭਾਗ ਹੋਣ ਤਾਂ ਵਾਹਿਗੁਰੂ ਦੇ ਨਾਲ ਮਿਲਾਪ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜੀਵ ਦਾ ਮਿਲਾਪ ਹੁੰਦਾ ਹੈ। ਸੋ ਹੋਰ ਕਿਸੇ ਢੰਗ ਦੇ ਨਾਲ ਨਹੀਂ ਹੈ। ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜੋ ਪੂਰਬਲੇ ਭਾਗ ਜਾਗਦੇ ਹਨ ਤਾਂ ਜੀਵ ਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਮਿਲਾਪ ਹੁੰਦਾ ਹੈ, ਮੇਲ ਹੁੰਦਾ ਹੈ। ਕੋਟ ਅਪਰਾਧ ਮਿਟੇ ਹਰ ਸੇਵਾ, ਕਰੋੜਾਂ ਅਪਰਾਧ ਪਾਪ ਕਾਹਦੇ ਨਾਲ? ਸੇਵਾ ਕਰਨੇ ਕਰਕੇ। ਸੇਵਾ ਇੱਕ ਤਰ੍ਹਾਂ ਦੀ ਨਹੀਂ ਹੈ, ਕਈ ਪ੍ਰਕਾਰ ਦੀ ਸੇਵਾ ਹੈ। ਕਿਸੇ ਭੁੱਖੇ ਨੂੰ ਰੋਟੀ ਖਵਾ ਦੇਣੀ, ਨੰਗੇ ਨੂੰ ਕੱਪੜਾ ਪਵਾ ਦੇਣਾ, ਨੰਗੋ ਪੈਰੋਂ ਨੰਗਾ ਜੋੜਾ ਪਵਾ ਦੇਣਾ, ਸਤਸੰਗ ਜੀ ਤਾਦਿਕ ਬਿਆਨ ਤਰ੍ਹਾਂ ਦੀ ਸੇਵਾ ਹੈ। ਕੋਈ ਕਿਸੇ ਕੋਲ ਕੱਪੜਾ ਨਹੀਂ, ਉਹਨੂੰ ਕੱਪੜਾ ਦੇ ਦੇਣਾ। ਜੇ ਕਿਸੇ ਬੱਚੀ ਦੀ ਸ਼ਾਦੀ ਹੋਣ ਵਾਲੀ ਹੈ ਕਿਸੇ ਗਰੀਬ ਦੀ, ਉਹ ਪੈਸਿਆਂ ਤੋਂ ਬਿਨਾਂ ਸ਼ਾਦੀ ਨਹੀਂ ਹੋ ਰਹੀ, ਉਹਦੀ ਮਦਦ ਕਰ ਦੇਣੀ, ਇਹ ਵੀ ਸੇਵਾ ਹੈ। ਕੋਟ ਅਪਰਾਧ ਮਿਟੇ ਹਰ ਸੇਵਾ, ਕਰੋੜਾਂ ਅਪਰਾਧਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਜਦੋਂ ਕੋਈ ਜੀਵ ਵਾਹਿਗੁਰੂ ਦੀ ਸੇਵਾ ਕਰਦਾ ਹੈ। ਜਿਵੇਂ ਕਾਰ ਸੇਵਾ ਚੱਲ ਰਹੀ ਨੇ ਵੱਖ ਵੱਖ ਥਾਵਾਂ ਤੇ, ਗੁਰਧਾਮਾਂ ਸਥਾਨਾਂ ਦੀ ਸੇਵਾ, ਸਤਸੰਗ ਜੀ ਸੇਵਾ ਇੱਕ ਪ੍ਰਕਾਰ ਦੀ ਨਹੀਂ ਹੈ। ਆਹ ਗੁਰੂ ਕੀ ਸੰਗਤ ਨੂੰ ਗੁਰੂ ਦੇ ਨਾਲ ਜੋੜਨਾ, ਇਹ ਵੀ ਇੱਕ ਵੱਡੀ ਸੇਵਾ ਹੈ। ਸੋ ਇਸ ਦੇ ਨਾਲ ਕਰੋੜਾਂ ਅਪਰਾਧਾਂ ਪਾਪਾਂ ਦਾ ਨਾਸ ਹੁੰਦਾ ਹੈ। ਜਿਵੇਂ ਕਿ ਕੋਰ ਦੁਖਿਅੰ ਅਣਕ ਹੱਤਿਅੰ ਜਨਮ ਦਰਦਰੰ ਬਹਾਂ ਬਖਿਆਦੰ ਮਟੰਤ ਸਗਲ ਸਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਠ ਭਸਮੰ ਕਰੋਤ। ਕਰੋੜਾਂ ਮਾਂ ਲੱਕੜ ਹੋਵੇ, ਇੱਕ ਚੰਗਿਆੜੀ ਅੱਗ ਦੀ ਸੜ ਕੇ ਸਵਾਹ ਕਰ ਦਿੰਦੀ ਹੈ। ਇਸ ਤਰ੍ਹਾਂ ਗੁਰੂ ਘਰ ਦੀ ਸੇਵਾ, ਸੰਗਤ ਦੀ ਸੇਵਾ। ਸੋ ਤੱਪੜ ਝਾੜ ਵਿਛਾਏ ਧੂੜੀ ਨਹਾਇਆ, ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ। ਪ੍ਰਾਤਨ ਸਮੇਂ ਜਿਵੇਂ ਕਿ ਸਤਸੰਗ ਜੀ ਪੱਖੇ ਦੀ ਸੇਵਾ ਕਰਨੀ, ਸੰਗਤਾਂ ਦੇ ਜੋੜੇ ਝਾੜਨੇ, ਲੰਗਰ ਦੇ ਭਾਂਡੇ ਮੰਜਣੇ, ਇਹ ਤਾਦਿਕ ਬਿਆਨ ਤਰ੍ਹਾਂ ਦੀ ਸੇਵਾਵਾਂ ਗੁਰੂ ਕਿਸੇ ਕਰਿਆ ਕਰਦੇ। ਫਲ ਕੀ ਹੋਇਆ? ਕੋਟ ਅਪਰਾਧ ਕਰੋੜ ਅਪਰਾਧ ਮਿਟੇ ਹਰ ਸੇਵਾ, ਕਰੋੜਾਂ ਅਪਰਾਧਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਜਿਵੇਂ ਇੱਕ ਚੰਗਿਆੜੀ ਅੱਗ ਦੀ ਸਮੁੱਚੀ ਲੱਕੜ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ, ਇਸ ਤਰ੍ਹਾਂ ਗੁਰੂ ਘਰ ਦੀ ਸੇਵਾ, ਸੰਗਤਾਂ ਦੀ ਸੇਵਾ। ਸੋ ਸਾਰੇ ਅਪਰਾਧਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ, ਭਾਵ ਕਿਲਬਿਕ ਲਹਿ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਚਰਨ ਕਮਲ ਜਾ ਕਾ ਮਨ ਰਾਪੈ, ਚਰਨ ਕਮਲ ਵਾਹਿਗੁਰੂ ਪਰਮਾਤਮਾ ਦੇ ਚਰਨ ਕੀ ਹਨ? ਗੁਰਬਾਣੀ ਗੁਰ ਚਰਨ ਹੈ, ਗੁਰੂ ਕੀ ਬਾਣੀ ਗੁਰੂ ਕੇ ਚਰਨ, ਗੁਰੂ ਕੀ ਬਾਣੀ ਪੜ੍ਹਨੀ ਗੁਰੂ ਕੇ ਚਰਨ ਹਨ, ਵਾਹਿਗੁਰੂ ਦਾ ਸਿਮਰਨ ਕਰਨਾ ਗੁਰੂ ਕੇ ਚਰਨ ਹਨ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰੂ ਕਾ ਸ਼ਬਦ ਗੁਰੂ ਕੇ ਚਰਨ ਹਨ, ਗੁਰ ਸ਼ਬਦ ਗੁਰ ਚਰਨ ਹੈ, ਗੁਰੂ ਕਾ ਸ਼ਬਦ ਗੁਰੂ ਕੇ ਚਰਨ ਹਨ। ਸੋ ਸਤਸੰਗ ਜੀ ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਸ਼ਬਦ ਦੇ ਲਾਲ ਲਾਉਣਾ ਕੀਤਾ। ਸੋ ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਕੀਰਤਪੁਰ ਸਾਹਿਬ ਬਿਰਾਜਮਾਨ ਨੇ ਨਿਤਨੇਮ ਸੇਵਾ ਦਾ ਆਸਾ ਦੀ ਵਾਰ ਦਾ ਭੋਗ ਪਿਆ। ਉਧਰ ਭਾਈ ਗੋਂਦਾ ਕਾਬਲ ਵਿੱਚ ਸਤਿਗੁਰੂ ਗੁਰੂ ਹਰਿ ਸਾਹਿਬ ਮਹਾਰਾਜ ਚਰਨ ਆਪਣੇ ਹਿਰਦੇ ਵਿੱਚ ਧਾਰ ਕੇ ਬੈਠਾ, ਫੜ ਕੇ ਬੈਠਾ ਸੁਰਤੀ ਦੇ ਨਾਲ, ਚਰਨ ਗੁਰੂ ਸਤਵੇਂ ਪਾਤਸ਼ਾਹ ਮਹਾਰਾਜ ਜੀ ਦੇ। ਸਤਵੇਂ ਪਾਤਸ਼ਾਹ ਮਹਾਰਾਜ ਸਮਾਧੀ ਸਥਿਤ ਨੇ, ਕੀਰਤਪੁਰ ਸਾਹਿਬ ਬਿਰਾਜਮਾਨ ਨੇ ਸਤਸੰਗਤ ਜੀ। ਸੋ ਦੁਪਹਿਰ ਆ ਗਈ, ਸਤਿਗੁਰੂ ਜੀ ਉੱਠੇ ਨਹੀਂ, ਲੋਢਾ ਪੈਰਾ ਹੋ ਗਿਆ। ਸਤਿਗੁਰੂ ਜੀ ਲੋਢੇ ਪੈਰੇ ਤੋਂ ਬਾਅਦ ਫਿਰ ਉੱਠੇ, ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਕੀ ਕਾਰਨ ਹੋਇਆ ਅੱਜ ਲੰਮਾ ਸਮਾਂ ਆਪ ਜੀ ਸਮਾਧੀ ਸਥਾਨਕਾਂ ਵਿੱਚ ਰਹੇ ਹੋ? ਮਹਾਰਾਜ ਜੀ ਕਹਿਣ ਲੱਗੇ, ਭਾਈ ਗੋਂਦਾ, ਸੋ ਕਾਬਲ ਵਿੱਚ ਸਮਾਧੀ ਲਾ ਕੇ ਬੈਠਾ ਸੀ, ਸਾਡੇ ਚਰਨ ਹਿਰਦੇ ਵਿੱਚ ਫੜ ਕੇ ਬੈਠਾ ਸੁਰਤੀ ਦੇ ਨਾਲ, ਜਿਵੇਂ ਤੇਰਾ ਛੱਡਦਾ ਨਹੀਂ ਸੀ, ਅਸੀਂ ਉੱਠੇ ਨਹੀਂ ਹਾਂ।
मेरी बांधी भगत छुड़ावे बांधे भगत न छूटे मोहे। सच्चे पातशाह कहणगे रब दे प्यारां दे असीं बद्धे होए हां, चरण कमल जाका मन रापै, गुरु के चरण जिदा मन सच्चे पातशाह दे चरणां दा ध्यान धरदा है, गुरु की बाणी पढ़दा, गुरु का सिमरन करदा है, गुर की मूर्त मन में ध्यान, गुर का शब्द मंत्र मन मान, गुरु की बाणी दे मुताबिक चलदा है, गुरु के चरण हृदय में धरदा है। सोग अगन तिस जानना व्यापै, कोई किसे धर्म दा सोग कोई अगन ओनू पौंदी नहीं है, तिस जानना व्यापै ओनू व्यापदी नहीं है पौंदी नहीं है। हंस हेत लोभ कोप चारे नदियां अग, पवै दजा नानका तरिया करमी लग। गुरु के चरण में जा करके इन्हां अगन तो छुटकारा हो जाता है, सोग तो छुटकारा हो जाता है, पर कहिंदे ओनू किसे तरह की अगन नहीं पौंदी, ना सोग पौंदा है, ना कोई चिंता ना फिक्र पौंदा है। उस प्यारे नूं जन नूं जन है सेवक, जन है भगत, जन है गुरु का सिख, ओनू किसे तरह का सोग पौंदा नहीं है। सोग अगन तिस जन ना व्यापै, सच्चे पातशाह कहिंदे ओनू व्यापदा नहीं है, सोग अगन व्यापदा नहीं है, ओहदे मन ते कोई असर नहीं हुंदा। सागर तरिया साधु संगे, यह ना तरिया जान वाला सागर संसार है, यह भवजल जग संसार है, गुरबोहित नाम तराए, गुरसिखी पाणा मन्या गुरपूरा पार लंघाए। पर कहिंदे सागर तरिया साधु संगे, यह जो सागर ना तरिया जान वाला संसार है, यह जो भवजल है, पर कहिंदे साध संगत मिल करके सौखा तरिया जाता है, क्योंकि सतगुरु महाराज ने कृपा की साध संगत की दात दिती है। फिर कर बैसो हरजन प्यारे, सतगुर तुमरे का सवारे, दूत दूत परमेश्वर मारे जान की पै रखी करतारे, बादशाह शाह सब बस कर दीने, अमृत नाम महारस पीने, निरपा होए भजो भगवान, साध संगत मिल कीनो दान। साध संगत मिल करके नाम जपना नाम जपाउणा, यह सागर सौखा तरन का तरीका है। सागर तरिया साधु संगे, आप संगत विच बैठे हो, आप जिन्हों साध संगत की प्राप्ति हुई है, साध संगत जी गुरु गोबिंद सिंह महाराज के पास सिखां ने बेनती की, मर तो ही टुटे हो ਤਾਂ ਕੀ ਦਿੰਦੇ ਹੋ? ਸੱਚੇ ਪਾਤਸ਼ਾਹ ਕਹਿਣਗੇ ਬਾਣੀ ਬਾਣੀ ਦਾ ਧਾਰਨੀ, ਇਹ ਗੁਰੂ ਕੇ ਸਿੱਖ ਦੇ ਦਰਸ਼ਨ। ਬਾਣੀ ਬਾਣੀ ਦਾ ਧਾਰਨੀ, ਗੁਰੂ ਕਾ ਸਿੱਖ ਹੋਵੇ ਉਹਦੇ ਦਰਸ਼ਨ ਹੋ ਜਾਣ ਤਾਂ ਵੱਡੇ ਭਾਗ ਚੰਗੇ ਭਾਗ ਸਮਝੋ। ਮਰ ਹੋਰ ਟੁੱਟੇ ਹੋ, ਤੁਹਾਡੀਆਂ ਹੋਰ ਖੁਸ਼ੀਆਂ ਹੋਣ ਤਾਂ ਕੀ ਦਿੰਦੇ ਹੋ? ਸੱਚੇ ਪਾਤਸ਼ਾਹ ਕਹਿੰਦੇ ਪੰਜਾਂ ਸਿੱਖਾਂ ਦੇ ਦਰਸ਼ਨ, ਪੰਜ ਗੁਰੂ ਕੇ ਸਿੱਖ, ਬਾਣੀ ਔਰ ਬਾਣੀ ਦਾ ਧਾਰਨੀ, ਜਿਹਨਾਂ ਬਾਰੇ ਮਰ ਕਹਿੰਦੇ ਇਹਨ ਪੰਚਨ ਮੈਂ ਮੇਰੋ ਵਾਸਾ, ਪੂਰਨ ਕਰਾਂ ਧਰਨ ਜੋ ਵਾਸਾ, ਰਹਿਤ ਸਹਿਤ ਜੋ ਪੰਚੋਂ ਮਿਲੈ, ਮਮ ਸਰੂਪ ਤੋਂ ਦੇਖੋ ਭਲੇ। ਪਰ ਕਹਿੰਦੇ ਮੇਰਾ ਰੂਪ ਸਮਝ ਲੈਣਾ ਨਾ ਪੰਜਾਂ ਵਿੱਚ, ਪੰਜ ਗੁਰੂ ਕੇ ਸਿੱਖਾਂ ਦਰਸ਼ਨ ਹੋ ਜਾਣ ਤਾਂ ਚੰਗੇ ਵੱਡੇ ਭਾਗ ਸਮਝਣਾ ਕਰੋ। ਮਹਾਰਾਜ ਤੁਹਾਡੀਆਂ ਸੰਪੂਰਨ ਖੁਸ਼ੀਆਂ ਹੋਣ, ਪੂਰੀਆਂ ਖੁਸ਼ੀਆਂ ਹੋਣ ਤਾਂ ਕੀ ਦਿੰਦੇ ਹੋ? ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਸਾਧ ਸੰਗਤ ਦਿੰਦੇ ਹਾਂ। ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਜਿਹਦੇ ਚੰਗੇ ਭਾਗ ਹੋਣ, ਉਹਨੂੰ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਇੱਥੇ ਮਰ ਕਹਿੰਦੇ ਸਾਗਰ ਤਰਿਆ ਸਾਧੂ ਸੰਗੇ, ਸਾਧ ਸੰਗਤ ਮਿਲ ਕਰਕੇ, ਸਾਧ ਸੰਗਤ ਜੀ ਇਹ ਜੋ ਨਾਮ ਤਰਿਆ ਜਾਣ ਵਾਲਾ ਸੰਸਾਰ ਹੈ, ਕਿਉਂਕਿ ਬੜਾ ਔਖਾ ਹੈ। ਭਗਤ ਨਾਮਦੇਵ ਜੀ ਬੇਨਤੀ ਕਰਦੇ ਨੇ, ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੇ ਨਾ ਜਾਣੋ, ਬਾਪ ਬੀਠਲਾ ਬਾਂਹ ਦੇ। ਸੱਚੇ ਪਾਤਸ਼ਾਹ ਮੈਂ ਤਰਨ ਨਹੀਂ ਜਾਂਦਾ, ਕਿਰਪਾ ਕਰਕੇ ਬਾਂਹ ਫੜ ਕੇ ਮੈਨੂੰ ਤਾਰਨਾ ਕਰੋ। ਇੱਥੇ ਮਾਰ ਕਹਿੰਦੇ ਸਾਗਰ ਤਰਿਆ ਸਾਧੂ ਸੰਗੇ, ਸਾਧ ਸੰਗਤ ਮਿਲ ਕਰਕੇ, ਇਹ ਨਾ ਤਰਿਆ ਜਾਣ ਵਾਲਾ ਸਾਗਰ ਹੈ, ਤਰਿਆ ਸੌਖਾ ਤਰਿਆ ਜਾਂਦਾ ਹੈ। ਨਿਰਭਉ ਨਾਮ ਜਪੋ ਹਰ ਰੰਗੇ, ਪਰਮਾਤਮਾ ਦਾ ਨਾਂ ਨਿਰਭਉ ਹੈ, ਭੈ ਤੋਂ ਰਹਿਤ ਹੈ, ਨਿਰਭਉ ਜਪੈ ਸਗਲ ਪਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਇਹ ਪਰਮਾਤਮਾ ਦਾ ਨਾਮ ਜੋ ਜਪਣ ਵਾਲਾ ਨਿਰਭਉ ਹੋ ਜਾਂਦੇ ਹਨ, ਡਰ ਤੋਂ ਰਹਿਤ ਹੋ ਜਾਂਦੇ ਰੱਬ ਦੇ ਪਿਆਰੇ। ਸੱਚੇ ਪਾਤਸ਼ਾਹ ਮਾਰੇ ਪ੍ਰਮਾਣ ਕਰਦੇ ਹੈ, ਸੋ ਨਿਰਭਉ ਨਾਮ ਜਪੋ ਹਰ ਰੰਗੇ, ਪਰਮਾਤਮਾ ਦੇ ਨਾਮ ਜਪਣੇ ਕਰਕੇ ਸੋ ਜੀਵ ਨਿਰਭਉ ਹੋ ਜਾਂਦਾ ਹੈ। ਫਿਰ ਉੱਥੇ ਨਾਮ ਦਾ ਰੰਗ ਮਜੀਠੀ ਰੰਗ ਚੜ ਜਾਂਦਾ ਹੈ। ਮੀਂਦ ਪਗਰ ਪਾਂਕਿਓ ਔਰ ਕਾਂਟਿਓ, ਰਾਂਧ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਜਿਵੇਂ ਕਿ ਮਛਲੀ ਨੂੰ ਫੜ ਕੇ ਕੱਟਿਆ ਗਿਆ, ਦਫਾੜ ਕੀਤਾ ਗਿਆ, ਫਿਰ ਟੋਟੇ ਟੋਟੇ ਕੀਤੇ ਗਏ, ਰਿੰਨਿਆ ਗਿਆ, ਉਸ ਤੋਂ ਬਾਅਦ ਖਾਧੀ ਗਈ, ਫਿਰ ਵੀ ਪਾਣੀ ਦਾ ਪਿਆਰ, ਮੱਛੀ ਖਾਣ ਵਾਲਾ ਵਾਰ ਵਾਰ ਪਾਣੀ ਮੰਗਦਾ ਹੈ, ਕਾਰਨ ਕੀ? ਅੰਦਰ ਮੱਛੀ ਗਈ ਹੋਈ ਹੈ। ਇਸ ਤਰ੍ਹਾਂ ਗੁਰੂ ਕਾ ਸਿੱਖ ਬਾਣੀ ਪੜਨ ਵਾਲਾ, ਭਾਵੇਂ ਬੰਦ ਬੰਦ ਕੱਟਿਆ ਜਾਵੇ, ਚਰਖੜੀਆਂ ਤੇ ਚੜ ਜਾਵੇ, ਬੰਦ ਬੰਦ ਕੱਟੇ ਜਾਣ, ਖੋਪੜੀਆਂ ਲੈ ਜਾਣ, ਗੁਰੂ ਕੀ ਬਾਣੀ ਨਹੀਂ ਛੱਡਦਾ।
ਬਾਰ ਕਹਿੰਦੇ ਨਿਰਭਉ ਨਾਮ ਜਪੋ ਹਰ ਰੰਗੇ ਪਰਮਾਤਮਾ ਦੇ ਨਾਮ ਨੂੰ ਪਰਮਾਤਮਾ ਦੇ ਰੰਗ ਵਿੱਚ ਹੋ ਕਰਕੇ ਸੱਚੇ ਪਾਤਸ਼ਾਹ ਨੂੰ ਮਜੀਠੀ ਰੰਗ ਚਾੜ ਕਰਕੇ ਪਰਮਾਤਮਾ ਦੇ ਨਾਮ ਨੂੰ ਜਪਣਾ ਕਰੋ ਕੀ ਜਪਣਾ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਸੰਗ ਜੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਕਿਉਂਕਿ ਰਸਨਾ ਜੋ ਹੈ ਜੇ ਧੰਨ ਕਰਨਾ ਰਸਨਾ ਨੂੰ ਜ਼ਬਾਨ ਨੂੰ ਧੰਨ ਕਰਨਾ ਹੈ ਤਾਂ ਨਾਮ ਵਿੱਚ ਜੁੜ ਕੇ ਬੋਲਣਾ ਕਰੋ ਸੱਚੇ ਪਾਤਸ਼ਾਹ ਪ੍ਰਮਾਣ ਕਹਿੰਦੇ ਸਾ ਰਸਨਾ ਧੰਨ ਧੰਨ ਹੈ ਮੇਰੀ ਜਿੰਦੜੀ ਏ ਜੋ ਹਰ ਹਰ ਨਾਮ ਧਿਆਵੇ ਰਾਮ ਜਿਹੜੀ ਰਸਨਾ ਜਿਹਾ ਜ਼ਬਾਨ ਪਰਮਾਤਮਾ ਦੇ ਨਾਮ ਨੂੰ ਜਪਦੀ ਹੈ ਧੰਤਾ ਦੇ ਯੋਗ ਹੈ ਇਸ ਕਰਕੇ ਧੰਨ ਕਰਨ ਵਾਸਤੇ ਉੱਚੀ ਸੁਰ ਨਾਲ ਬੋਲਣਾ ਕਰੋ ਸਭ ਸੰਗਤ ਬੋਲਣਾ ਕਰੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਰਸਤੇ ਵਿੱਚ ਸੁਣਦਾ ਆ ਰਿਹਾ ਸਾਂ ਸਤਿਗੁਰੂ ਮਹਾਰਾਜ ਦਾ ਪਾਵਨ ਸ਼ਬਦ ਹੈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ ਅੱਡੀ ਦਮਰੀ ਦਾ ਜਾਤ ਸ਼ੀਂਬਾ ਲਿਖੀ ਹੈ ਗੁਰੂ ਕੀ ਬਾਣੀ ਅੰਦਰ ਭਗਤ ਨਾਮ ਦੇਵ ਜੀ ਦੀ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਮਨ ਕਰਕੇ ਪਰਮਾਤਮਾ ਗੋਬਿੰਦ ਨੂੰ ਸਿਮਰਨਾ ਕੀਤਾ ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ ਜਿਹਨੂੰ ਅੱਧੇ ਦਮੀ ਦਾ ਲੋਕ ਕਹਿੰਦੇ ਸਨ ਲਾਗੇ ਕੋਈ ਬਹਿਣ ਨਹੀਂ ਸੀ ਦਿੰਦਾ ਸੋ ਲੱਖਾਂ ਦਾ ਹੋ ਗਿਆ ਸੱਚੇ ਪਾਤਸ਼ਾਹ ਜੀ ਚੌਂ ਭਗਤਾਂ ਦਾ ਉਦਾਹਰਣ ਦਿੰਦੇ ਹੈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ ਬੁਣਨਾ ਤਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਜ ਗੁਰਾ ਜੁਲਾਹਰ ਭਇਓ ਗੁਣੀ ਗਹੀਰਾ ਸੋ ਗੁਣਾਂ ਦਾ ਖਜ਼ਾਨਾ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰ ਦਿੱਤਾ ਕਿਹਨੂੰ ਭਗਤ ਕਬੀਰ ਜੀ ਨੂੰ ਜਿਹਨੂੰ ਲੋਕ ਜਲਾਇਆ ਕਹਿੰਦੇ ਹੁੰਦੇ ਸਨ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹੈ ਸੋ ਹੋਇਓ ਲਖੀਣਾ ਹਰ ਦਾਮ ਕੋ ਸ਼ੀਪਰੋ ਹੋਇਓ ਲਖੀਣਾ ਬੁਣਨਾ ਤਣਾ ਤਿਆਗ ਹੈ ਪ੍ਰੀ ਚਰਨ ਕਬੀਰਾ ਨੀਚ ਕੁਲਾ ਜਲਾਹਰੋ ਪਇਓ ਗੁਣ ਗਹੀਰਾ ਸੱਚੇ ਪਾਤਸ਼ਾਹ ਕਹਿੰਦੇ ਹੈ ਸਹਿਣ ਨਾਈ ਬਦਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ ਜਿਹਨੂੰ ਲੋਕ ਸੋ ਕਹਿੰਦੇ ਸਨ ਸਹਿਣ ਨਾਈ ਕਹਿੰਦੇ ਸਨ ਕੀ ਹੋਇਆ ਰੱਬ ਦੀ ਕਿਰਪਾ ਹੋਈ ਬੰਦਗੀ ਕਰਕੇ ਨਾਮ ਜਪਣੇ ਕਰਕੇ ਇਹ ਬੇ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਕ ਗੁਸਾਈਆਂ ਧੰਨਾ ਵਡਭਾਗਾ ਬੰਦਗੀ ਦੇ ਸਦਕਾ ਭਗਤ ਧੰਨਾ ਜੀ ਨੂੰ ਪ੍ਰਾਪਤੀ ਹੋਈ ਰੱਬ ਦੀ ਪ੍ਰਾਪਤੀ ਹੋਈ ਪ੍ਰਤੱਕ ਪ੍ਰਮਾਣ ਪ੍ਰਤੱਕ ਦਰਸ਼ਨ ਹੋਏ ਭਗਤ ਧੰਨਾ ਜੀ ਨੂੰ ਇਹ ਸਾਰਿਆਂ ਵੱਲ ਵੇਖ ਕਰਕੇ ਭਗਤ ਧੰਨਾ ਜੀ ਉਹ ਜੱਟਾਂ ਦੇ ਵਿੱਚ ਸਨ ਜਟਾਰ ਜੱਟਾਂ ਦੇ ਵਿੱਚ ਪੈਦਾ ਹੋਏ ਸਨ ਜੱਟ ਘਰਾਣੇ ਵਿੱਚ ਪੈਦਾ ਹੋਏ ਸਨ ਜਿਹਨਾਂ ਦਾ ਜੈਪੁਰ ਦੇ ਲਾਗੇ ਅੱਗੇ ਟੌਂਗ ਹੈ ਟੌਂਗ ਤੋਂ ਅੱਗੋਂ ਸੋ ਉਹਨਾਂ ਦਾ ਧੂੰਆਂ ਨਗਰ ਹੈ ਧੂੰਆਂ ਨਗਰ ਸੋ ਬੂੰਦੀ ਦੇ ਲਾਗੇ ਸਾਧ ਸੰਗਤ ਜੀ ਉਹਨਾਂ ਦਾ ਪਾਵਨ ਪਿੱਤਰ ਅਸਥਾਨ ਤੁਹਾਡੇ ਸੰਪਰਦਾ ਦੇ ਮਹਾਂਪੁਰਖਾਂ ਨੇ ਬਣਾਉਣਾ ਕੀਤਾ ਹੈ ਪਿੱਛੇ 600 ਸਾਲਾਂ ਬਣਾਉਣਾ ਕੀਤਾ ਉੱਥੇ ਸਾਧ ਸੰਗਤ ਜੀਓ ਮੈਂ ਬੇਨਤੀ ਕਰਾਂ ਸਭ ਬੰਦਗੀ ਦਾ ਹੀ ਪ੍ਰਤਾਪ ਹੈ ਨਾਮ ਦਾ ਪ੍ਰਤਾਪ ਹੈ ਕਹੋ ਨਾਨਕੇ ਤਤ ਵਿਚਾਰਾ ਬਿਨ ਹਰ ਭਜਨ ਨਾਹੀਂ ਛੁਟਕਾਰਾ ਨਾਮ ਤੋਂ ਬਿਨਾਂ ਕਿਸੇ ਦਾ ਛੁਟਕਾਰਾ ਨਹੀਂ ਹੋਣਾ ਬੰਦਗੀ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ ਭਗਤ ਫਰੀਦ ਜੀ ਕਿਰਪਾ ਕਰਕੇ ਮਹਾਰਾਜ ਬੇਨਤੀ ਕਰਦੇ ਹਨ ਹੇ ਵਾਹਿਗੁਰੂ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰੋ ਬੰਦਗੀ ਦੀ ਦਾਤ ਬਖਸ਼ਿਸ਼ ਕਰੋ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਰਤੇ ਇਸ਼ਕ ਗਦਾਏ ਰੰਗ ਦਿਦਾਰ ਕੇ ਵਿਸਰਿਆ ਜਨ ਨਾਮ ਤੇ ਭੋਏ ਭਾਰਤੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਤੰਜ ਰਹਿੰਦੀ ਮਾਂ ਆਏ ਸਫਲ ਸੇ ਪਰਵਤਕਾਰ ਅਪਾਰ ਅਗਮ ਬੇਅੰਤ ਤੂੰ ਜਿਹਨੇ ਪਛਾਤਾ ਸੱਚ ਚੁੰਮਾ ਪੈਰ ਨੂੰ ਤੇਰੇ ਬਣੇ ਕੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦੇ ਖੈਰ ਦੀਜੇ ਬੰਦਗੀ ਪਰਮਾਤਮਾ ਪਾਸੋਂ ਬੰਦਗੀ ਮੰਗਦੇ ਹਨ ਮਾਰ ਕਹਿੰਦੇ ਇਸੇ ਤਰ੍ਹਾਂ ਹੀ ਤੁਸੀਂ ਵੀ ਭਾਈ ਨਿਰਭਉ ਨਾਮ ਜਪੋ ਹਰ ਰੰਗੇ ਪਰਮਾਤਮਾ ਦੇ ਨਾਮ ਨੂੰ ਜਪ ਕਰਕੇ ਨਿਰਭਉ ਹੋ ਜਾਓ ਡਰ ਤੋਂ ਰਹਿਤ ਹੋ ਜਾਓ ਨਾ ਫਿਰ ਜੰਮਣ ਦਾ ਡਰ
ना मरन का डर ना 84 लाख का डर ना कर चिंत चिंता है करते पे तेनू कोई चिंता नहीं है तेरी सब चिंता परमात्मा है इस करके उस वाहगुरु जो निर्भव है ओनू जपना कर चेते करना कर याद करना कर पर तन दुख किछ पाप न फेड़े जिहड़ा पराया तन नहीं छेड़दा पराया तन वल तकदा नहीं है कोई दोख दोष नहीं करदा कोई पाप दा कर्म नहीं करदा है मर कहिंदे पर तन दुख किछ पाप ना फेड़े पाप वाला काम कोई नहीं करदा है क्योंकि साध संगत जी पाप दे कई तरह दे काम हन इह कोई भी पाप वाला काम नहीं करदा जीव सच्चे पातशाह कहिंदे उहनूं की फल मिलेगा जम जंदार नयावै नेड़े ओदे लागे जम नहीं आउणगे जमा ओदे लागे की करना जै साधु को बिंद भजन कीर्तन नानक नीत ना हो ना तू ना छोड़ा निकट ना जाई हो दूत धर्मराज ने मना कीता हे जमदूत जिथे रब दे प्यारे नाम जपदे है बंदगी करदे है सेवा सिमरन करदे उथे तुसी नहीं जाना जम जंदार ना आवै नेड़े उन्हां लागे जम नहीं आउंदा है सो कादे नाल जिहड़े पराए धन नूं नहीं छेड़दे पराए धन नूं तकदे नहीं हन दोख नहीं करदे दोष नहीं करदे पाप वाला कर्म नहीं करदे पर कहिंदे उन्हां लागे जम भुल के भी नहीं आवेगा तृष्णा अगन प्रभ आप बुझाई ये तृष्णा दी अग है तृष्णा किसे विरले की ही बुझी होए कोट जोरे लाख करोरे मन्ना होरे परे परे को ही लुझी है ये तृष्णा दी अग है हंस हेत लोभ को चारे नदियां अग है जो अगन है अंदर दी अगन पर कहिंदे कादे नाल बुझदी है तृष्णा अगन प्रभ आप बुझाई आप कृपा करके सच्चे पातशाह ते कृपा करन ओदी तृष्णा दी अग बुझ जांदी है नहीं तो सह संगी सहस कटे लख ओठ धावे तृप्त न आवे माया पाछे पावे सह संगी दिन रात माया मन न विसरै मांगे दमा दम सो प्रभ चेतन आवे नानक नहीं करम हर वेले मन दे अंदर माया दा ही ध्यान रहिंदा ख्याल रहिंदा है कादे नाल बुझदी है सतगुरु की कृपा द्वारा जिहड़ा गुरु की चरण सरण विच आ जांदा है गुरु की सरनाई विच आउंदा है गुरु के अगे बेनतियां करदा मर कृपा करको सिद्ध संतोख बसो सच्चे पातशाह ओदी सारियां तिसना अगन मार आप कृपा करके बुझा दिंदे खत्म कर दिंदे हन नानक उधरे प्रभ सरनाई जो उधार है जीव दी कल्याण है ਉਹ ਗੁਰੂ ਕੀ ਸ਼ਰਨ ਤੋਂ ਬਿਨਾਂ ਕਲਿਆਣ ਨਹੀਂ ਹੋਣੀ ਸ਼ਰਨ ਲੈਣ ਦਾ ਤਰੀਕਾ ਕੀ ਹੈ ਪੰਜਾਂ ਪਿਆਰਾਂ ਦੇ ਪੇਸ਼ ਹੋ ਕਰਕੇ ਖੰਡੇ ਪੱਟ ਦੀ ਪੌਲ ਛੱਕ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਜ਼ੂਰੀ ਵਿੱਚ ਪੰਜ ਪ੍ਰੈਸੇ ਬਾਣ ਸੋ ਦ੍ਰਿੜ ਕਰਾਉਂਦੇ ਹਨ ਨਾਮ ਨਿਤਨੇਮ ਦੀਆਂ ਬਾਣੀਆਂ ਸੋ ਸਾਧ ਸੰਗਤ ਦੀ ਰਹਿਤਾਂ ਕਰਿਤਾਂ ਸਭ ਦ੍ਰਿੜ ਕਰਾਉਂਦੇ ਹਨ ਜੀਵ ਉੱਤੇ ਪਹਿਰਾ ਦੇ ਕੇ ਚੱਲਦਾ ਹੈ ਸਤਿਗੁਰਾਂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਫਿਰ ਕੀ ਹੋਵੇਗਾ ਕਲਿਆਣ ਹੋ ਜਾਵੇਗੀ ਸੋ ਸਤਿਗੁਰ ਕਾ ਜਨਮ ਗਵਨ ਬਟਾਇਆ ਗੁਰੂ ਘਰ ਵਿੱਚ ਜੋ ਜਨਮ ਹੁੰਦਾ ਹੈ ਗੁਰੂ ਕੇ ਸਿੱਖ ਦਾ ਅੰਮ੍ਰਿਤ ਛਕਣ ਤੋਂ ਬਾਅਦ ਕੀ ਹੁੰਦਾ ਹੈ ਸਤਿਗੁਰ ਕਾ ਜਨਮ ਗਵਨ ਬਟਾਇਆ 84 ਲੱਖ ਦਾ ਗੇੜਾ ਖਤਮ ਹੋ ਜਾਂਦਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਕੇ ਗੱਲ ਨਾਲ ਲਾ ਲੈਂਦੇ ਹਨ ਆਉਣਾ ਜਾਣਾ ਮੇੜ ਦਿੰਦੇ ਹਨ ਨਾਨਕ ਉਧਰੇ ਪ੍ਰਭ ਸਰਨਾਈ ਗੁਰੂ ਕੇ ਸ਼ਰਨ ਵਿੱਚ ਆ ਕਰਕੇ ਜੀਵ ਦਾ ਉਧਾਰ ਕਲਿਆਣ ਭਲਾ ਹੁੰਦਾ ਹੈ ਤ੍ਰਿਸ਼ਨਾ ਅਗਨ ਪ੍ਰਭ ਆਪ ਬਜਾਈ ਨਾਨਕ ਉਧਰੇ ਪ੍ਰਭ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਰਹਿਮਤ ਕੀਤੀ ਆਪ ਜੀ ਬੜੇ ਲੰਮੇ ਸਮੇਂ ਤੋਂ ਗੁਰੂ ਕੀ ਗੋਦ ਵਿੱਚ ਸੱਜ ਕੇ ਬੈਠੇ ਹੋ ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹੋ ਆਪ ਵੱਡੇ ਭਾਗਾਂ ਵਾਲੇ ਹੋ ਇਸ ਭਜੰਗੀ ਸਿੰਘ ਦੇ ਆਉਣ ਕਰਕੇ ਭੰਜੀ ਸਿੰਘ ਦੇ ਜਨਮ ਦੇ ਸਤਿਗੁਰ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਹੈ ਜੰਮਿਆ ਪੂਤ ਭਗਤ ਗੋਬਿੰਦ ਕਾ ਸਤਿਗੁਰੂ ਨੇ ਕਿਰਪਾ ਕੀਤੀ ਰਹਿਮਤ ਕੀਤੀ ਵਧੀ ਵੇਲ ਬਹੁ ਪੀੜ੍ਹੀ ਚਾਲੀ ਨਾਨਕ ਕਰਤਾ ਬੰਧ ਬਹਾਲੀ ਸੱਜੇ ਪਾਤਸ਼ਾਹ ਨੇ ਰਹਿਮਤ ਕੀਤੀ ਅੱਗੇ ਵੇਲ ਵੱਧ ਗਈ ਭਾਵ ਅੱਗੇ ਕੁਲ ਤੁਰ ਪਈ ਮੈਂ ਬੇਨਤੀ ਕਰਾਂ ਸਾਧ ਸੰਗਤ ਜੀ ਸੱਚਖੰਡ ਵਾਸੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਘਰੋਂ ਮਾਤਾ ਜੀ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਦੇ ਪਾਸ ਆਏ ਭਾਈ ਮਰੀਕ ਸਿੰਘ ਦਾ ਪਰਿਵਾਰ ਭਾਈ ਮਨਜੀਤ ਸਿੰਘ ਦਾ ਪਰਿਵਾਰ ਜੋ 84 ਦਾ ਸਾਧ ਸੰਗਤ ਜੀ ਇਹ ਗੇੜ ਬਣ ਗਿਆ ਪਹਿਲਾਂ ਬੱਚੀਆਂ ਸਨ ਦੋ ਬੱਚੀਆਂ ਸਨ ਪਹਿਲਾਂ ਭਾਈ ਮਰੀਕ ਸਿੰਘ ਜੀ ਦੀਆਂ ਸੋ ਮੈਂ ਬੇਨਤੀ ਕਰਾਂ ਸਾਧ ਸੰਗਤ ਡਰ ਵਿੱਚ ਭਾਏ ਵਿੱਚ ਹੀ ਹਾਂ ਮਹਾਂਪੁਰਖਾਂ ਨੇ ਪਹਿਲਵਾਨ ਗੁਰਮੁਖ ਸਿੰਘ ਕੋਟੇ ਵਾਲੇ ਨੂੰ ਭੇਜਿਆ ਟਰੈਕਟਰ ਦੇ ਕਰਕੇ ਸਾਡਾ ਇੱਕ ਜਥੇਦਾਰ ਬੜੀ ਜਿੱਦ ਕਰੇ ਇਹਦੀ ਚਾਦਰ ਲਵਾਓ ਜੀ
महापुर कह लगे जथेदार जी जितना करो जेड़ा काम चादर वाले ने करना है वह दूसरा बंदा नहीं कर पाएगा। समा आया 84 का अटैक होना सी साध संगत जी गुरद्वारा जिथे दरबार साहब के लागे सो नौ मंजिला स्थान है गुरु हरगोबिंद साहब सच्चे पातशाह पुत्रां दी याद विच बाबा अटल राय जी उत्थे गुरद्वारे साहब के मगरले पासे कमरा सी उत्थे ट्रैक्टर लेके पहुंच गया भाई गुरमुख सिंह पहलवान चादर बन्नी हुई आम सिद्धी पग तुरिया तुरिया जांदे साडे वड्डे बजुर्ग बन लैंदे सन तुरिया तुरिया जांदे जट जिमीदार जिवें पग बंधे आ बद्धी होई ट्रैक्टर ते चढ़ गया। माता जी संत ज्ञानी करतार होणा दे घरों भाई मरीज सिंह होणा दे घरों भाई मनजीत सिंह होणा दा सारा परिवार ट्रैक्टर ते बिठाया सरहाड़ी लै आंदा इत्थे महापुरखां दे पास उन्होंने बेनती की बाबा जी संतां दी कुलदा की बनेगा ते महापुर कहण लगे संत दूजिआं दी कुल तोड़दे रहे हन संत बाबा करतार सिंह जी दुनिया के कुल तोड़ते रहे हैं उन्होंने कुल क्यों नहीं तुरेगी। साध संगत जी भाई मरीज सिंह का जो पुत्र थी उस सरहाली साहब नवे पड़ा से पदेश हुई नवा पड़ा आई टी आई कॉलेज लागे सरहाली साहब महापुरखों ने जन्म तो बाद उन्होंने परिवार को सारे परिवार को कदी नवे पड़ा से कदी गुरपुरी साहब कदी फलाई साहब गुरद्वारे वख वख थावां ते राह करके साध संगत जी सवा महीना लंघाया जो 84 का अटैक होने तो बाद ठंड ठंडोला होया फिर चींड वाले पिंड चींड वाला अंबोर वाले पासे है उत्थे महापुरखों ने एक सिंह करमू वाले का उन्होंने दे करके थ्री व्हीलर लैके दिता उत्थे खेतीबाड़ी करनी है संतां दे परिवार के बच्चों पढ़ाउण जाना है केवल किसी होर नहीं बिठाउणा थ्री व्हीलर लेके दिता कारण संतां दे बच्चे लैके जाना है और बच्चे स्कूल तो घर छड्डने ने फिर खेतीबाड़ी नाल काम करवाउणा है पट्ठे डक्के दा काम करवाउणा है। साध संगत जी क्योंकि बच्चा परिवार विच है कोई नहीं सी भाई मनजीत सिंह दे घर भी बच्चियां सन भाई मरीज सिंह दे घर भी बच्चियां सन सो भाई मनजीत सिंह हुणी फड़े गए भाई मरीज सिंह हुणी शहीद हो गए संतां दे नाल इस करके महापुरखां ने बच्चों की बड़ी परवरिश बड़ा सत्कार ते माण किया बड़ा संजोग देना किया कुल जो है सतगुरु कृपा करके तोड़ दे है सो महापुरखां ने कृपा की कह लगे संत दूजिआं दी कुल तोड़दे रहे हन संतां दी कुल दा कादा खतरा संतां दी कुल चलेगी अजे भाई मरीज ने कर पुत्र पैदा नहीं सी होया। साध संगत जी सतगुरु जी कृपा करते हैं बेनतियां प्रवान करते हैं पर सतगुरु अगे जोड़ा भी कोई बेनती करता है सतगुरु सच्चे पास सतगुर पास बेनती आ मिले नाम आधारा टुटा सच्चा पातशाह ताप गया संसारा कोई भी महाराज अगे बेनती करता है बिरती कदे ना हो वही जानकी अरदास नानक जोर गोबिंद का पूर्ण गुणतास कोई बेनती करे ये नहीं पिछे हुई अज नहीं होनी कल नहीं होनी सदा वास्ते भी कोई बेनती करता है सतगुरु जी मानते हैं सद सुनदा सद वेखदा क्यों मुकर पाया जाए सदा ही परमात्मा अपने प्यारे की बेनती सुनते ने मनते हैं और कृपा करके उसके घर भाग लाते हैं जो मंग है ठाकर अपने ते सोई सोई देव है नानक दास मुख ते जो बोले इहां उहां सच होवे रब के पास बेनती करन दी लोड़ है रब अपने पास केड़ा है सतगुरु गुरु ग्रंथ साहिब सच्चे पातशाह महाराज जी अगे बेनती करनी जोदड़ी करनी सतगुरु कृपा करके अपने प्यारियां दे गुरसिखां दी बेनती मनदे है प्रवान करदे है सच्चे पातशाह कृपा करन अज दे दिन दीआं भजंगी सिंह दे जन्म दीआं सारीआं संगतां नूं परिवारां नूं लख लख वधाइयां समागम दीआं लख लख वधाइयां सतगुरु जी कृपा करन चढ़दी कला गुरसिखां वाला जीवन बख्शिश करन लंबी आरजू कौम पंथ का वफादार होवे परिवार का वफादार होवे सची सुची तलीम हासिल करे सतगुरु कृपा कर इन बेनतियां प्रवान करो फुलां चगां दी खिमा सारिया संगतां धनवाद जो जो संगतां हाजरियां भरियां ने जिथे बैठे हो खड़े हो साध संगत जी हुण अरदास होनी है आनंद साहब का जाप हो चुका है साध संगत जी हुण अरदास होगी अरदास तो बाद हुक्मनामा होगा फिर देग वरतेगी अगला प्रोग्राम प्रबंधक जन दसणगे मेरे वालों इन्हां बेनतियां प्रवान करो हाजरियां प्रवान करो फुलां चुगां दी खिमा सारिया संगतां धनवाद जो भी गुरमुख प्यारे मिलन वास्ते आए ने दूरों नेलों भाई नवतेज सिंह जी भाई जगजीत सिंह जी भाई हिम्मत सिंह जी भाई गुरप्रीत सिंह जी होर भी बेंत सिंह आए ने सारिया नूं जी आया फुलां चुगां दी खिमा प्यार नाल फतेह बुला दिओ पर फतेह गज के बुलाया करो वाहेगुरु जी का खालसा वाहेगुरु जी की फतेह।